ਤੇ ਅੱਜ ਕੀ ਬਣਾਉਣ ਲੱਗਾ ਜੀ? ਅੱਜ ਹਨੀ ਦੇ ਨਾਲ ਅੰਬੀਆਂ ਦੀ ਚਟਨੀ, ਦੋ ਤੋਂ ਚਾਰ ਅਦਰ ਅੰਬੀਆਂ ਨੇ, ਦੋ ਪੁਦੀਨਾ ਹੈ, ਧਨੀਆ, ਤਿੰਨ ਤੋਂ ਚਾਰ ਅਦਰ ਹਰੀਆਂ ਮਿਰਚਾਂ ਨੇ, ਇੱਕ ਥੋਮ ਦੀ ਕੁੱਟੀ ਹੈ, ਹਨੀ ਹੈ, ਸ਼ਹਿਦ ਹੈ, ਹਲਦੀ ਹੈ, ਕਲਵੰਜੀ ਹੈ, ਮੈਨੂੰ ਮਾਸ਼ਾਅੱਲਾ ਜੀ ਅੱਛੇ ਤਰੀਕੇ ਨਾਲ ਧੋ ਲਿਆ ਦੋ ਪਾਣੀ। ਕਲਵੰਜੀ ਇੱਕ ਐਸੀ ਚੀਜ਼ ਹੈ ਕਿ ਹਜ਼ਾਰਾਂ ਬਿਮਾਰੀਆਂ ਦਾ ਹੱਲ ਕਲਵੰਜੀ ਹੈ। ਇਲਾਚੀ ਹੈ, ਇੱਕ ਚਮਚ ਅਸੀਂ ਇਹਦੇ 'ਚ ਹਨੀ ਦਾ ਪਾਵਾਂਗੇ। ਦੇਖੋ ਬਾਈ, ਚੈਨਲ ਬਣਾਉਣ ਦਾ ਇਹੋ ਮਤਲਬ ਹੈ ਕਿ ਲੰਗਰ 'ਚ ਸ਼ਾਮਿਲ ਹੋਵੋ। ਬਿਸਮਿਲ੍ਲਾ ਰਹਿਮਾਨ ਰਹਿਮ, ਮੈਂ ਮੰਮਾ ਦਾ ਮੇਨ, ਜਿਸ ਤਰ੍ਹਾਂ ਕਿ ਅਰਸਾ 2.5-3 ਸਾਲ ਤੋਂ ਲੰਗਰ ਦਾ ਸਿਲਸਿਲਾ ਚੱਲਦਾ ਹੈ, ਹਫ਼ਤਾ ਤਵਾਰ ਪੀਰ 3 ਸਾਲ ਤੋਂ, ਅਤੇ ਅੱਲਾਹ ਦਾ ਸ਼ੁਕਰ ਹੈ ਚੰਦ ਮੇਰੇ ਭੈਣ ਭਰਾ ਮੇਰੇ ਨਾਲ ਨੇ, ਕੋਈ ਚੰਦ ਪਿੱਛੇ ਹਟੇ ਨੇ, ਕੋਈ ਗੱਲ ਨਹੀਂ, ਅੱਲਾਹ ਤਾਲਾ ਉਹਨਾਂ ਨੂੰ ਦੁਬਾਰਾ ਤੋਫੀਕ ਦੇ। ਉਹਦੇ ਨਾਲ ਨਾਲ ਲੰਗਰ ਦੇ ਨਾਲ ਨਾਲ 2-3 ਰੈਸਪੀਆਂ ਰੋਜ਼ਾਨਾ ਦੇ ਦੀਆਂ ਨੇ ਮੈਂ ਆਪਣੀਆਂ ਬੀਬੀਆਂ ਭੈਣਾਂ ਨੂੰ। ਅਗਰ ਮੇਰਾ ਭੈਣ ਭਰਾ ਕੋਈ ਇਸ ਲੰਗਰ 'ਚ ਸ਼ਾਮਿਲ ਹੋਣਾ ਚਾਹੁੰਦਾ, ਮੇਰਾ ਇਸ ਚੈਨਲ ਨੂੰ ਲਾਈਕ ਕਰੇ, ਸਬਸਕ੍ਰਾਈਬ ਕਰੇ। ਇਹ ਇੱਕ ਛੋਟਾ ਜਿਹਾ ਕਿਚਨ ਹੈ, ਲੰਗਰ ਖਾਨਾ ਵੀ ਇਹੋ ਹੀ ਹੈ, ਅਤੇ ਬਸ ਮੈਸੇਜ ਇਹੋ ਹੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ। ਅਤੇ ਅੱਜ ਕੀ ਬਣਾਉਣ ਲੱਗਾ ਜੀ? ਅੱਜ ਹਨੀ ਦੇ ਨਾਲ ਅੰਬੀਆਂ ਦੀ ਚਟਨੀ, ਗਰਮੀਆਂ ਦਾ ਮੌਸਮ ਹੈ, ਬਹੁਤ ਅੱਛੀ ਰੈਸਪੀ ਹੈ। ਸੁਬਹਾ ਦੇ ਟਾਈਮ ਤੁਸੀਂ ਪਰੌਂਠੇ ਨਾਲ ਖਾਓ, ਨਾਨ ਦੇ ਨਾਲ ਖਾਓ, ਕਿਸੇ ਸ਼ਾਮੀਆਂ ਨਾਲ ਖਾ ਸਕਦੇ ਹੋ, ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ। ਮੇਰੇ ਕੋਲ ਕਿਹੜੀ ਕਿਹੜੀ ਚੀਜ਼ ਹੈ ਜੀ? 2-4 ਅਦਰ ਅੰਬੀਆਂ ਨੇ, 2 ਪੁਦੀਨਾ ਹੈ, ਧਨੀਆ ਹੈ, 3-4 ਅਦਰ ਹਰੀਆਂ ਮਿਰਚਾਂ ਨੇ, ਇੱਕ ਥੋਮ ਦੀ ਕੁੱਟੀ ਹੈ, ਹਨੀ ਹੈ, ਸ਼ਹਿਦ ਹੈ, ਹਲਦੀ ਹੈ, ਕਲਵੰਜੀ ਹੈ, ਜ਼ੀਰਾ ਹੈ, ਅਤੇ ਇਲਾਚੀ ਹੈ, ਕਾਲਾ ਨਿਮਕ ਹੈ, ਸਫੈਦ ਨਿਮਕ ਹੈ, ਅਤੇ ਮੇਰੇ ਕੋਲ ਸ਼ੱਕਰ ਹੈ। ਤੁਸੀਂ ਮੇਰੇ ਭਾਂਡੇ ਨਾ ਦੇਖਿਆ ਕਰੋ, ਦੇਖੋ ਕਿ ਮੇਰਾ ਲੰਗਰ ਦਾ ਕੰਮ ਹੈ, ਮਗਰ ਸੋਹਣੀਆਂ ਰੈਸਪੀਆਂ ਦੇ ਰਿਹਾ, ਅਤੇ ਬਣਾਉਣ ਦਾ ਤਰੀਕੇ ਕਰ ਕੀ ਹੈ? ਸਭ ਤੋਂ ਪਹਿਲੇ ਅਸੀਂ ਅੰਬੀਆਂ ਛਿੱਲਾਂਗੇ, ਉਹਨੂੰ ਗ੍ਰੈਂਡ ਕਰਾਂਗੇ, ਤੁਸੀਂ ਕੁੰਡੀ ਡੰਡੇ 'ਚ ਬਣਾ ਸਕਦੇ ਹੋ, ਉਹਦੇ 'ਚ ਇੱਕ ਆਪਣਾ ਜ਼ਾਇਕਾ, ਮਗਰ ਅੱਜ ਕੱਲ੍ਹ ਦੌਰ ਹੈ ਮਸ਼ੀਨ ਦਾ, ਗ੍ਰੈਂਡਰ ਦਾ, ਅਸੀਂ ਇਹਨੂੰ ਗ੍ਰੈਂਡਰ 'ਚ ਤਿਆਰ ਕਰਾਂਗੇ। ਕੁੰਡੀ ਡੰਡਾ ਵੀ ਮੇਰੇ ਕੋਲ ਹੈ, ਜੁਮੇ ਦਾ ਟਾਈਮ ਹੋ ਰਿਹਾ ਇਸ ਕਰਕੇ ਕਿ ਮੈਂ ਇਹਨੂੰ ਦਬਦਬ ਗ੍ਰੈਂਡਰ ਦੇ ਨਾਲ ਤਿਆਰ ਕਰਨਾ। ਅੱਲਾ ਖੈਰ ਜੀ। ਮੈਨੂੰ ਮਾਸ਼ਾਅੱਲਾ ਜੀ ਅੱਛੇ ਤਰੀਕੇ ਨਾਲ ਧੋ ਲਿਆ ਦੋ ਪਾਣੀ। ਕਿ ਪੁਦੀਨਾ ਇੱਕ ਐਸੀ ਚੀਜ਼ ਦੇ, ਪੁਦੀਨਾ ਹੋਇਆ, ਧਨੀਆ ਹੋਇਆ, ਇਹਦੇ ਵਿੱਚ ਲਾਜ਼ਮੀ ਕਿਰਕ ਹੁੰਦੀ ਹੈ। ਕਲਵੰਜੀ ਇੱਕ ਐਸੀ ਚੀਜ਼ ਹੈ ਕਿ ਹਜ਼ਾਰਾਂ ਬਿਮਾਰੀਆਂ ਦਾ ਹੱਲ ਕਲਵੰਜੀ ਹੈ। ਦੀ ਵੀ ਇੱਕ ਐਸੀ ਚੀਜ਼ ਹੈ ਜੀ ਕਿ ਜਿਹੜੀ ਜਿਸਮ ਦੀਆਂ ਹੱਡੀਆਂ ਵਾਸਤੇ ਤੁਸੀਂ ਦੁੱਧ ਦੇ ਨਾਲ ਇਸਤੇਮਾਲ ਕਰੋ। ਜ਼ੀਰਾ 1/2 ਚਮਚ ਜੀ, ਇਲਾਚੀ ਹੈ, ਜ਼ਰੂਰਤ ਦੇ ਮੁਤਾਬਕ, ਸ਼ੱਕਰ ਦਾ ਥੋੜ੍ਹਾ ਜਿਹਾ ਅਸੀਂ ਪਾਣੀ ਪਾਇਆ, ਇਹਨੂੰ ਅਸੀਂ ਹੁਣ ਗ੍ਰੈਂਡ ਕਰਾਂਗੇ। ਯਾਦ ਨਹੀਂ ਰਿਹਾ, ਲਸਣ ਜਿਹੜਾ ਅਸੀਂ ਛਿਲਕੇ ਨਹੀਂ ਪਾਉਣਾ, ਛਿਲਕੇ ਸਫੇਦ ਹੀ ਨੂੰ ਪਾਉਣਾ ਹੈ। 1 ਚਮਚ ਅਸੀਂ ਇਹਦੇ 'ਚ ਹਨੀ ਦਾ ਪਾਵਾਂਗੇ, ਸ਼ਹਿਦ ਦਾ, ਚਾਹ ਵਾਲਾ। ਇਹ ਸਾਡੇ ਕੋਲ ਲੰਗਰ ਦੇ ਚਮਚ ਨੇ, ਛੋਟੇ ਨੇ। ਹੁਣ ਅਸੀਂ ਚਖਾਉਂਦੇ ਹਾਂ ਜੀ ਫਾਤਮਾ ਸ਼ਾਹ ਉਹਨਾਂ ਨੂੰ, ਕੈਸਾ ਜ਼ਾਇਕਾ। ਸੁਨੈਣ ਆਪ ਹੀ ਆਓ ਬਈ, ਆਨੀਆ ਸੁਨੈਣ ਆਪ, ਦੇਖੋ ਮਾਸ਼ਾਅੱਲਾ ਜੀ, ਯਕੀਨ ਕਰੇ ਬਹੁਤ ਅੱਛਾ ਜ਼ਾਇਕਾ ਬਣਿਆ। ਚੈਨਲ ਕੋ
ਅੱਲਾਹ ਤਾਲਾ ਸਭ ਦੀ ਖੈਰ ਕਰੇ, ਜਿੰਨੇ ਪਾਸੇ ਨੇ। ਤੁਸੀਂ ਇਹ ਨਾ ਦੇਖੋ ਮੈਂ ਕਿਹੜੀ ਚੀਜ਼ ਬਣਾ ਰਿਹਾ, ਤੁਸੀਂ ਇਹ ਦੇਖੋ ਅਸੀਂ ਬਣਾ ਕਿਸ ਮਕਸਦ ਵਾਸਤੇ ਰਹੇ। ਲੰਗਰ ਵਾਸਤੇ ਚੈਨਲ ਬਣਾਉਣ ਦਾ ਇਹੋ ਮਤਲਬ ਹੈ ਕਿ ਲੰਗਰ 'ਚ ਸ਼ਾਮਿਲ ਹੋਵੋ ਅਤੇ ਸਾਡੇ ਲੰਗਰ ਦੇ ਕੰਮ ਦੇ ਵਿੱਚ ਹੋਰ ਮਜ਼ੀਦ ਇਜ਼ਾਫਾ ਹੋਵੇ। ਚੰਦ ਦੋਸਤ ਨਾਲ ਨੇ, ਤੁਹਾਡੀ ਵੀ ਜ਼ਰੂਰਤ ਹੈ। ਜਿਹਦੇ ਪਾਸੇ ਰਹੇ ਜੀ, ਖੁਸ਼ ਰਹੇ। ਆਮੀਨ।